ਹਾਂ ਜੀ ਹਾਂ ਰਾਜ ਸਾਹਿਬ ਇਹ ਦੱਸੋ ਕਿ ਤੁਸੀਂ ਸ਼ਿਰਖਵਾਨੀ ਕਿਹੜੇ ਸਨ ਸ਼ੁਰੂ ਕੀਤੀ ਮੈਂ ਤੇ ਉਸਤਾਦ ਕਿਹੜੇ ਸਨ ਮੈਂ ਜਨਾਬ ਇਤਨੀ ਅਗਮੀ ਕੀ ਯਾਦ ਹੈ ਜੀ ਕਿ ਸਨ 52 ਵਿੱਚ ਮੈਂ ਪਹਿਲੀ ਦਫਾ ਸਰਦਾਰ ਨਾਲ ਸ਼ੇਰ ਪੜ੍ਹੇ ਉਸਨੇ ਨਾਲ ਇੱਕ ਬਾਵਾ ਹੋਣਾ ਸਾ ਫਜ਼ਲ ਦਾਦੇ ਫਿਰ ਕੇ ਆ ਗਿਆ ਫਜ਼ਲ ਬਾਵਾ ਫਜ਼ਲ ਅੱਛਾ ਉਸਨੇ ਨਾਲ ਪੜ੍ਹੇ ਤੇ ਉਸ ਵੇਲੇ ਸਕੂਲ ਵੀ ਪੜ੍ਹਨਾ ਸਾ ਅੱਛਾ ਠੀਕ ਠੀਕ ਉਹ ਬੜਾ ਨੇੜਾ ਤਰੇੜਾ ਸ਼ੇਰ ਵਹਿਣ ਨਾਲ ਤੋਂ ਮਿੱਟੀ ਸਦਨੇ ਹੋਣੇ ਤੇ ਚਲਾ ਜਾਵਾਂਗਾ ਸਨ 55 ਚ ਮੈਂ ਪੜ੍ਹਦੀ ਹੋਈ ਹੈ ਅੱਛਾ ਫੌਜ ਚ ਗਿਆ ਉੱਥੇ ਮਿੱਟੀ ਮਿਲ ਗਏ ਯਾਕੂਬ ਸਾਹਿਬ ਰਾਜਾ ਯਾਕੂਬ ਜੰਜੂਰ ਵਾਲੇ ਹਾਏ ਰਾਜਾ ਉਸ ਰੂਮ ਮੈਂ ਬੜਾ ਬੈਠਾ ਚੰਗਾ ਲੱਗਦਾ ਉਹਨਾਂ ਕੋਲੋਂ ਮੈਂ ਇਹ ਸਬਕ ਹਾਸਲ ਕੀਤਾ ਉਹ ਤੁਹਾਡੇ ਉਸਤਾਦ ਸੀ ਉਹ ਮਾੜੇ ਉਸਤਾਦ ਸੀ ਉਹ ਜਿੱਥੇ ਉਹ ਪਤਾ ਹੈ ਫੌਜ ਜਲਾ 17 ਘੜੇ ਤੇ ਕੋਈ ਨਹੀਂ ਆਉਣੇ ਕਈ ਤਾਂ ਉਹ ਬਖਸ਼ੇ ਹੀ ਬਿਜਾਉਣੇ ਹੀ ਪੈਣੇ ਸਾਰੀ ਰੋਜ਼ ਪੁਰਾਣਾ ਕੁੱਤਾ ਜੁਮਟੀ ਤੇ ਰੋਟੀ ਆਉਣੀ ਸੀ ਉਹ ਮੈਂ ਨਾਲ ਖੰਡੇ ਸੀ ਉੱਥੇ ਸ਼ੇਰ ਕਿਉਂ ਪੜ੍ਹਨੇ ਤੇ ਛੁੱਟੀ ਅੱਛੀ ਆ ਤਾਂ 17 ਨਾਲ ਕਾਫੀ ਅਰਸਾ ਗੁਜ਼ਰੀ ਗਿਆ ਤਕਰੀਬਨ 95 ਤੋਂ ਵਿੱਚ ਮੈਂ ਬਸ ਕਰ ਪੀਰੇ ਸ਼ਾਹ ਗਾਜ਼ੀ ਆਖਰੀ ਪ੍ਰੋਗਰਾਮ ਸਾਹਿਬ ਤੇ ਆਖਰੀ ਪ੍ਰੋਗਰਾਮ ਸਾਹਿਬ ਤਾਂ ਮੈਂ ਆਖਿਆ ਜੀ ਅੱਜ ਤੋਂ ਬਾਅਦ ਮੈਂ ਸ਼ੇਰਖਾਨੀ ਖਤਮ ਹੀ ਮਾੜੇ ਦੋਸਤ ਨੇ ਜਿਹੜੇ ਉਹਨਾਂ ਕੋਲ ਬਾਅਦ ਬੱਚਾ ਤੇ ਸ਼ਾਇਰੀ ਕਦੋਂ ਸ਼ੁਰੂ ਕੀਤੀ ਰੇ ਸ਼ਾਇਰੀ ਇੱਕ ਬਹੁ ਅਰਸਾ ਇਹ ਥੋੜ੍ਹਾ ਹੀ ਅਰਸਾ ਵਾ ਬਹਰਹਾਲ ਸ਼ੌਕ ਥਈ ਸੀ ਕੋਰਾ ਕਦਾ ਲੇਗੀ ਵੀ ਕਿੰਨਾ ਹੋਣਾ ਬਿਲਕੁਲ ਕਿਉਂਕਿ ਚੌਧਰੀ ਉਹਨਾਂ ਨਾਲ ਸ਼ੇਰ ਦੇ ਲੱਪਣ ਨਾ ਉਸ ਪਹਿਲਾਂ ਵੀ ਮੈਂ ਕੋਈ ਲਿਖੇ ਵੀ ਸਿੱਖੇ ਅੱਛਾ ਤਕਰੀਬਨ 80 ਚੋਂ ਬਾਅਦ ਹੀ ਸ਼ੁਰੂ ਕੀਤੀ ਰਾਜੇ ਆਪਣਾ ਰਾਜੇ ਨਾਲ ਤਾਂ ਤੁਸੀਂ ਸ਼ੇਰ ਨਹੀਂ ਪੜ੍ਹੇ ਰਾਜੇ ਆਬਦ ਬੜੇ ਨਾਲ ਜਾਂ ਨਿੱਕੇ ਆਬਦ ਨਾਲ ਬੜੇ ਨਾਲ ਪੜ੍ਹੇ ਅੱਗੇ ਨਿੱਕੇ ਨਾਲ ਨਹੀਂ ਪੜ੍ਹੇ ਸਹੀ ਬਹਰਲ ਚੌਧਰੀ ਨਾਲ ਸੋਨੇ ਚੰਗੇ ਪ੍ਰੋਗਰਾਮ ਹੋਏ ਮਾੜੇ ਸ਼ਾਹਰਾਂ ਨਾਲ ਤੇ ਚੌਧਰੀ ਅਕਰਮ ਨਾਲ ਬਹੁਤ ਜ਼ਿਆਦਾ ਸ਼ਾਹਰਾਂ ਨਾਲ ਪ੍ਰੋਗਰਾਮ ਹੋਏ ਅੱਜ ਕੱਲ੍ਹ ਜਿਹੜੀ ਸ਼ਰਫਵਾੜੀ ਹੋਈ ਨਹੀਂ ਕਿਆ ਖਿਆਲ ਹੈ ਸ਼ਰਫਵਾੜੀ ਸ਼ੇਰ ਹੋਏ 8 ਲੱਖ ਰੁਪਇਆ ਰਾਤੀ ਹੋਇਆ ਜਨਾਬ ਇਹ ਦੋਏ ਸ਼ੇਰ ਸ਼ੇਰਖਵਾਨ ਸੀ ਕਿਹੜੇ ਕਿਹੜੇ ਨਾਂ ਦੱਸਿਆ ਜੀ ਇੱਕ ਤਾਂ ਨਦੀਮ ਤੇ ਆਬਸ ਨਦੀਮ ਦਾ ਆਬਸ ਉਹਨਾਂ ਦਾ ਪ੍ਰੋਗਰਾਮ ਹੋਇਆ 8 ਲੱਖ ਰੁਪਇਆ ਉਹਨਾਂ ਹੁਣ ਇੱਥੇ ਰਾਜੀ ਫੰਡ ਵਿਕਣਾ ਸ਼ੁਰੂ ਪਿਆ ਸ਼ੇਰਖਵਾਨੀ ਕਿਆ ਕਰਿਆ ਉਹ ਗੱਲ ਹੋਣੀ ਸੀ ਅੱਗੇ ਤੁਸਾਂ ਜਿਹੜਾ ਪ੍ਰੋਗਰਾਮ ਕਰਨੇ ਸੀ ਉਹ